ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਵੱਡੇ ਭਾਗਾਂ ਵਾਲਾ ਉਹ ਹੈ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਦਾ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸਭ ਤੋਂ ਵੱਡੀ ਉਮਰ ਭੋਗਣ ਵਾਲੇ 151 ਸਾਲ ਦੇ ਸਨ ਅਤੇ ਬਾਬਾ ਬੁੱਢਾ ਜੀ ਨੇ 150 ਸਾਲ ਦੀ ਉਮਰ ਭੋਗੀ ਹੈ। ਬਹੁਤ ਕਰਨੀ ਵਾਲੇ ਸ਼ਿਵ ਜੀ ਦੇ ਅਵਤਾਰ ਸਨ। ਸ਼ਿਵ ਜੀ ਨੇ ਪਰਮਾਤਮਾ ਤੋਂ ਮੁਕਤ ਹੋਣ ਕਾਰਨ ਮੰਗ ਕਰਕੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਆਉਣ ਦਾ ਪਰਮਾਤਮਾ ਤੋਂ ਵਰ ਲਿਆ ਸੀ। ਬੜੀਆਂ ਰਿਧੀਆਂ ਸਿੱਧੀਆਂ ਦੇ ਮਾਲਕ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸਨ ਅਤੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਤਪ ਅਤੇ ਸਿਮਰਨ ਸੀ। ਅੱਜ ਤੱਕ ਉਹਨਾਂ ਦੀ ਉਪਾਸ਼ਨਾ ਹੋ ਰਹੀ ਹੈ। ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਆਗਮਨ 1551 ਬਿਕਰਮੀ ਭਾਦਰਾ ਸੁਦੀ 9 ਨੂੰ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਹੋਇਆ। ਪਿੰਡ ਬਾਲਠ ਵਿੱਚ ਬਾਬਾ ਜੀ ਨੇ ਸਭ ਤੋਂ ਜ਼ਿਆਦਾ ਉਮਰ ਭੋਗੀ। ਬਾਲਠ ਪਿੰਡ ਵਿੱਚ ਸਾਧ ਸੰਗਤ ਜੀ ਇੱਕ ਜੋਗੀ ਰਹਿੰਦਾ ਸੀ। ਬਹੁਤ ਲੋਕ ਉਸਦੀ ਪੂਜਾ ਕਰਦੇ ਸਨ। ਜਦੋਂ ਉਸਨੇ ਸੁਣਿਆ ਕਿ ਬਾਬਾ ਸ਼੍ਰੀ ਚੰਦ ਜੀ ਪਿੰਡ ਵਿੱਚ ਆ ਗਏ ਹਨ ਤਾਂ ਉਹ ਭੋਰਾ ਵੀ ਖੁਸ਼ ਨਾ ਹੋਇਆ ਅਤੇ ਆਪਣੇ ਚੇਲੇ ਨੂੰ ਭੇਜ ਕੇ ਕਹਿੰਦਾ ਕਿ ਆਹ ਇੱਕ ਅੰਬ ਲੈ ਜਾ ਅਤੇ ਜਾ ਕੇ ਮੱਥਾ ਟੇਕ ਦੇ। ਬਾਬਾ ਸ਼੍ਰੀ ਚੰਦ ਜੀ ਜਾਣੀ ਜਾਣ ਸਨ। ਉਹ ਸਮਝ ਗਏ ਕਿ ਅੰਬ ਚੁੱਪਣ ਵਾਸਤੇ ਨਹੀਂ ਭੇਜਿਆ, ਇਸ ਲਈ ਭੇਜਿਆ ਹੈ ਕਿ ਇੱਥੋਂ ਤੁਸੀਂ ਕੂਚ ਕਰ ਜਾਓ। ਬਾਬਾ ਜੀ ਨੇ ਜੋਗੀ ਦੇ ਚੇਲੇ ਨੂੰ ਕਿਹਾ, ਅਸੀਂ ਤਿੰਨ ਹਾਂ, ਇੱਕ ਬਾਬਾ ਕਮਲੀਆ ਜੀ ਸਨ, ਇੱਕ ਧੰਨ ਗੁਰੂ ਨਾਨਕ ਦੇਵ ਜੀ ਦੇ ਪੋਤੇ ਬਾਬਾ ਧਰਮਚੰਦ ਜੀ ਸਨ, ਤੂੰ ਸਾਨੂੰ ਤਿੰਨ ਅੰਬ ਲਿਆ ਦੇ। ਉਸਨੇ ਉਸੇ ਤਰ੍ਹਾਂ ਜਾ ਕੇ ਜੋਗੀ ਨੂੰ ਕਹਿ ਦਿੱਤਾ। ਉਸ ਜੋਗੀ ਨੇ ਸੜਦੇ ਬਲਦੇ ਨੇ ਕਿਹਾ ਕਿ ਜਾ ਕੇ ਕਹਿ ਦੇ ਕਿ ਜੇ ਤੁਹਾਡੇ ਵਿੱਚ ਇੰਨੀ ਸ਼ਕਤੀ ਹੈ ਤਾਂ ਤੁਸੀਂ ਆਪੇ ਹੀ ਅੰਬ ਪੈਦਾ ਕਰ ਲਓ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਇੱਕ ਅੰਬ ਖੱਪਰ ਵਿੱਚ ਨਿਚੋੜ ਲਿਆ ਅਤੇ 5-7 ਕਿੱਲਿਆਂ ਵਿੱਚ ਛਿੱਟਾ ਦੇ ਦਿੱਤਾ। ਸਾਧ ਸੰਗਤ ਜੀ ਅੱਜ ਵੀ ਉਸ ਸਥਾਨ 'ਤੇ ਜਿੱਥੇ ਛਿੱਟਾ ਦਿੱਤਾ ਸੀ ਅੰਬਾਂ ਦੇ ਬਾਗ ਹਨ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਾਲਠ ਸਾਹਿਬ ਹੈ ਅਤੇ ਜਿੱਥੇ ਧੂਣਾ ਲਾਇਆ ਸੀ ਉੱਥੇ ਬਾਬਾ ਜੀ ਨੇ ਗੁੱਠਲੀ ਗੱਡ ਦਿੱਤੀ ਅਤੇ ਜਿਹੜੀ ਗੁੱਠਲੀ ਗੱਡੀ ਸੀ ਉਸਨੂੰ ਅੱਜ ਵੀ 12 ਮਹੀਨੇ ਅੰਬ ਲੱਗਦੇ ਹਨ। ਦੂਜੇ ਦਿਨ ਹੀ ਸੰਗਤ ਨੇ ਵੇਖ ਲਿਆ ਸੀ ਕਿ ਅੰਬਾਂ ਨਾਲ ਬੂਟੇ ਲੱਦੇ ਖੜ੍ਹੇ ਹਨ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ। ਇਸੇ ਤਰ੍ਹਾਂ ਇੱਕ ਵਾਰ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਜੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਲਈ ਗਏ। ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ ਵੀ ਨਾਲ ਹੀ ਸਨ। ਬਾਬਾ ਜੀ ਨੇ ਜਾਂਦੇ ਸਾਰ ਹੀ ਉਹਨਾਂ ਵਾਸਤੇ ਪਰਚਾ ਲਾ ਦਿੱਤਾ ਅਤੇ ਬੁਲਾਇਆ ਨਹੀਂ, ਮੌਨ ਹੀ ਰਹੇ।
ਗੁਰੂ ਸਾਹਿਬ ਜੀ ਨੂੰ 6 ਮਹੀਨੇ ਤੱਕ ਇੰਤਜ਼ਾਰ ਕਰਨੀ ਪਈ। ਸਾਰੇ ਪਰਿਵਾਰ ਨੇ ਉੱਥੇ ਲੰਗਰ ਦੀ ਸੇਵਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਹੁਕਮ ਕੀਤਾ ਕਿ ਇੱਥੇ ਹੀ ਤੁਸੀਂ ਝਾੜੂ ਲਗਾਓ, ਭਾਂਡੇ ਮਾਂਜੋ ਅਤੇ ਲੰਗਰ ਦੀ ਸੇਵਾ ਕਰੋ। ਕਾਫੀ ਲੰਮੇ ਸਮੇਂ ਤੱਕ ਜਦ ਸੇਵਾ ਕਰਦੇ ਰਹੇ ਤਦ ਪਰਖ ਵਿੱਚੋਂ ਪਾਸ ਹੋ ਗਏ ਤਾਂ ਬਾਬਾ ਜੀ ਨੇ ਉਹਨਾਂ ਨੂੰ ਆਪਣੇ ਪਾਸ ਬੁਲਾ ਲਿਆ। ਬਾਬਾ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਪੁੱਛਿਆ ਕਿ ਤੁਹਾਡੇ ਕਿੰਨੇ ਸਪੁੱਤਰ ਹਨ? ਗੁਰੂ ਜੀ ਨੇ ਕਿਹਾ 5 ਸਪੁੱਤਰ ਹਨ। ਬਾਬਾ ਸ਼੍ਰੀ ਚੰਦ ਜੀ ਨੇ ਫਿਰ ਕਿਹਾ, ਸਾਡੇ ਜੋਗਾ ਹੈ ਕੋਈ? ਗੁਰੂ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਜੋ ਨਾਲ ਲਿਆਏ ਸਨ ਉਹਨਾਂ ਨੂੰ ਭੇਟ ਕਰ ਦਿੱਤਾ। ਸਾਧ ਸੰਗਤ ਜੀ, ਬਾਬਾ ਗੁਰਦਿੱਤਾ ਜੀ ਦੇ ਸਪੁੱਤਰ 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਹੋਏ ਹਨ। ਬਾਬਾ ਗੁਰਦਿੱਤਾ ਜੀ ਨੇ ਅਤੇ ਉਹਨਾਂ ਦੀ ਘਰਵਾਲੀ ਨੇ ਬਾਬਾ ਸ਼੍ਰੀ ਚੰਦ ਜੀ ਦੀ ਕਈ ਸਾਲ ਸੇਵਾ ਕੀਤੀ। ਫਿਰ ਗੁਰਤਾ ਗੱਦੀ ਦੀ ਬਖਸ਼ਿਸ਼ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਦੇ ਸਪੁੱਤਰ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਨੂੰ ਦੇ ਦਿੱਤੀ। ਸਾਧ ਸੰਗਤ ਜੀ, ਸੇਵਾ ਸਿਮਰਨ ਤੋਂ ਬਿਨਾਂ ਗੁਰਗੱਦੀ ਨਹੀਂ ਮਿਲਦੀ। ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ, ਜੋ ਵਾਰ ਮੰਗਿਆ ਸੋ ਵਾਰ ਦਿੱਤਾ। ਇਹ ਵਾਰ ਉਹਨਾਂ ਨੂੰ ਬਖਸ਼ਿਸ਼ ਕੀਤਾ। ਬਾਬਾ ਗੁਰਦਿੱਤਾ ਜੀ ਨੇ ਭਾਂਡੇ ਅਤੇ ਲੰਗਰ ਦੀ ਸੇਵਾ ਕੀਤੀ। ਬਾਬਾ ਗੁਰਦਿੱਤਾ ਜੀ ਬਾਬਾ ਸ਼੍ਰੀ ਚੰਦ ਜੀ ਦੀ ਗੱਦੀ ਦੇ ਪਹਿਲੇ ਮਹੰਤ ਹੋਏ ਹਨ। ਸਭ ਤੋਂ ਪਹਿਲਾਂ ਗੁਰਬਾਣੀ ਪ੍ਰਚਾਰ ਅਤੇ ਸਿੱਖੀ ਦਾ ਫੈਲਾਵ ਉਦਾਸੀ ਮਤ ਨੇ ਹੀ ਕੀਤਾ। ਬਾਬਾ ਸ਼੍ਰੀ ਚੰਦ ਜੀ ਸਦਾ ਉਦਾਸੀ ਮਤ ਵਿੱਚ ਹੀ ਸਨ, ਕਿਉਂਕਿ ਪਰਮਾਤਮਾ ਵੱਲੋਂ ਪਹਿਲਾਂ ਹੀ 10 ਜਾਮਿਆਂ ਨੂੰ ਚੁਣਿਆ ਗਿਆ ਸੀ ਜਿਨ੍ਹਾਂ ਨੂੰ ਗੁਰਗੱਦੀ ਉੱਤੇ ਬਿਠਾਉਣਾ ਸੀ। ਕਈ ਲੋਕ ਕਹਿੰਦੇ ਹਨ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗੁਰਗੱਦੀ ਨਹੀਂ ਬਖਸ਼ੀ, ਪਰ ਉਹ ਤਾਂ ਆਪ ਹੀ ਸਦਾ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਨਾ ਹੀ ਉਹਨਾਂ ਨੇ ਗੁਰਗੱਦੀ 'ਤੇ ਆਪਣਾ ਹੱਕ ਜਤਾਇਆ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਲਖਤੇ ਜਿਗਰ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਆਰਤਾ ਉਚਾਰਿਆ ਹੈ, ਜੇ ਕਿਸੇ ਭਗਤ ਸੰਤ ਨੇ ਕੋਈ ਬਾਣੀ ਉਚਾਰੀ ਹੈ ਤਾਂ ਉਹ ਉਸਨੇ ਆਪਣੇ ਇਸ਼ਟ ਲਈ ਉਚਾਰੀ ਹੈ। ਅਤੇ ਬਾਬਾ ਸ਼੍ਰੀ ਚੰਦ ਜੀ ਦਾ ਇਹ ਆਰਤਾ ਸ਼੍ਰੀ ਗੁਰੂ ਨਾਨਕ ਸਾਹਿਬ ਅਤੇ ਪਰਮਾਤਮਾ ਦੀ ਅਭੇਦਤਾ ਨੂੰ ਦਰਸਾਉਂਦਾ ਹੈ। ਇੱਥੋਂ ਇਹ ਸਿੱਧ ਹੁੰਦਾ ਹੈ ਕਿ ਉਹਨਾਂ ਨੂੰ ਆਪਣੇ ਪਿਤਾ ਵਿੱਚ ਕਿੰਨੀ ਸ਼ਰਧਾ ਸੀ। ਸਾਧ ਸੰਗਤ ਜੀ, ਆਪਾਂ ਕਲਗੀਧਰ ਪਾਤਸ਼ਾਹ ਦੇ ਹੁਕਮਨਾਮੇ ਸੁਣੇ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਹੈ ਕਿ ਖਾਲਸਾ ਧੀਰ ਮੱਲੀਆਂ ਤੋਂ ਦੂਰੀ ਬਣਾ ਕੇ ਰੱਖੇ, ਪਰ ਤੁਹਾਨੂੰ ਕੋਈ ਐਸਾ ਹੁਕਮਨਾਮਾ ਨਹੀਂ ਮਿਲੇਗਾ ਜਿਸ ਵਿੱਚ ਲਿਖਿਆ ਹੋਵੇ ਉਦਾਸੀ ਸੰਤਾਂ ਤੋਂ ਦੂਰੀ ਬਣਾ ਕੇ ਰੱਖੋ। ਸੋ ਸਾਕਤ ਲੋਕਾਂ ਦੇ ਮਨ ਦੇ ਵਲਵਲਿਆਂ ਨੂੰ ਸਿੱਖ ਨਹੀਂ ਮੰਨਦਾ। ਬਾਬਾ ਸ਼੍ਰੀ ਚੰਦ ਜੀ ਦੀ ਸਦਾ ਹੀ ਜੈ ਜੈਕਾਰ ਹੁੰਦੀ ਹੈ। ਬਾਬਾ ਸ਼੍ਰੀ ਚੰਦ ਜੀ ਲਈ ਖੁਦ ਖੁਦਾ ਕੇਵਲ ਸ਼੍ਰੀ ਗੁਰੂ ਨਾਨਕ ਦੇਵ ਜੀ ਹੀ ਹਨ, ਹੋਰ ਕੋਈ ਨਹੀਂ ਹੈ। ਇੱਕ ਵਾਰ ਬਾਬਾ ਸ਼੍ਰੀ ਚੰਦ ਜੀ ਨੇ ਵਿਚਾਰ ਕੀਤੀ ਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਗੁਰਗੱਦੀ ਉੱਤੇ ਬੈਠੇ ਹਨ, ਕਿਉਂ ਨਾ ਉਹਨਾਂ ਦੇ ਦਰਸ਼ਨ ਮੇਲੇ ਕਰਕੇ ਆਈਏ ਅਤੇ ਜਾ ਕੇ ਵੇਖੀਏ ਕਿ ਉਹਨਾਂ ਦਾ ਸਾਡੇ ਨਾਲ ਕੈਸਾ ਪਿਆਰ ਹੈ। ਇਸ ਤਰ੍ਹਾਂ ਵਿਚਾਰ ਕਰਕੇ ਆਪਣੇ ਸੇਵਕ ਭਾਈ ਗੋਦੜੀਆ ਜੀ ਦੀ ਅਸਵਾਰੀ ਕਰਕੇ ਚੱਲ ਪਏ। ਜਦ ਪੂਰਨ ਗੁਰੂ ਰਾਮਦਾਸ ਜੀ ਨੇ ਇਸ ਬਾਰੇ ਸੁਣਿਆ ਤਾਂ ਉਹ ਪ੍ਰੇਮ ਨਾਲ ਭਰ ਕੇ
ਤੁਰੰਤ ਅੱਗੋਂ ਬਾਬਾ ਸ਼੍ਰੀ ਚੰਦ ਜੀ ਨੂੰ ਲੈਣ ਵਾਸਤੇ ਚੱਲ ਪਏ। ਗੁਰੂ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਹੱਥ ਜੋੜ ਕੇ ਪ੍ਰਣਾਮ ਕਰਕੇ ਅਤੇ ਬੇਨਤੀ ਕਰਕੇ ਆਪਣੇ ਘਰ ਲਿਆਏ। ਇੱਕ ਸੁੰਦਰ ਘੋੜਾ ਅਤੇ 500 ਰੁਪਏ ਭੇਟ ਕਰਕੇ ਬਹੁਤ ਹੀ ਸੇਵਾ ਕੀਤੀ। ਬਾਬਾ ਸ਼੍ਰੀ ਚੰਦ ਜੀ ਨੂੰ ਉੱਚੇ ਸਥਾਨ 'ਤੇ ਬਿਠਾਇਆ ਅਤੇ ਗੁਰੂ ਜੀ ਆਪ ਨਿਮਰਤਾ ਸਹਿਤ ਨੀਵੇਂ ਥਾਂ ਬੈਠ ਗਏ। ਬਾਬਾ ਸ਼੍ਰੀ ਚੰਦ ਜੀ ਤੁਰੰਤ ਪ੍ਰੇਮ ਪਰਖਣ ਵਾਸਤੇ ਬੋਲੇ, ਤੁਸੀਂ ਐਡਾ ਦਾੜਾ ਕਿਉਂ ਵਧਾਇਆ ਹੈ? ਇਹ ਸੁਣ ਕੇ ਸਤਿਗੁਰੂ ਜੀ ਸਨਿਮਰ ਹੋ ਗਏ। ਉਹਨਾਂ ਨੇ ਬਾਬਾ ਜੀ ਦੇ ਚਰਨ ਫੜ ਲਏ ਅਤੇ ਪ੍ਰੇਮ ਕਰਕੇ ਉੱਤਰ ਦਿੱਤਾ, ਹੇ ਦਿਆਲੂ ਗੁਰੂ ਪੁੱਤਰ ਜੀ, ਇਹ ਦਾੜਾ ਆਪ ਜੀ ਵਰਗੇ ਮਹਾਂਪੁਰਸ਼ਾਂ ਦੇ ਚਰਨ ਕਮਲਾਂ ਨੂੰ ਸਾਫ਼ ਕਰਨ ਵਾਸਤੇ ਹੀ ਵਧਾਇਆ ਹੈ। ਗੁਰੂ ਜੀ ਦੀ ਇੰਨੀ ਨਿਮਰਤਾ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਬਹੁਤ ਪ੍ਰਸੰਨ ਹੋਏ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸੇਵਾ ਕਰਕੇ ਇਹ ਗੁਰਗੱਦੀ ਪਾਈ ਸੀ ਅਤੇ ਤੁਹਾਡੇ ਅਨਿਨ ਪ੍ਰੇਮ ਨੇ ਇਹ ਪਦਵੀ ਪਾਈ ਹੈ। ਤੁਹਾਡੀ ਮਹਿਮਾ ਬਹੁਤ ਹੈ, ਕਿਸ ਤਰ੍ਹਾਂ ਬਣਾ ਕੇ ਕਹੀਏ। ਤੁਹਾਡੇ ਸਰੋਵਰ ਵਿੱਚ ਜਿਹੜਾ ਵੀ ਇਸ਼ਨਾਨ ਕਰੇਗਾ ਪਾਪੀ ਵੀ ਅਵਸ਼ਯ ਮੁਕਤੀ ਪ੍ਰਾਪਤ ਕਰੇਗਾ। ਇਸ ਤਰ੍ਹਾਂ ਵਰ ਦੇ ਕੇ ਬਾਬਾ ਜੀ ਆਪਣੇ ਨਗਰ ਵੱਲ ਚੱਲ ਪਏ। ਬਾਬਾ ਸ਼੍ਰੀ ਚੰਦ ਜੀ ਬਹੁਤ ਹੀ ਸ਼ਾਂਤ ਸੁਭਾਅ ਵਾਲੇ ਹਨ, ਸਾਰੇ ਦੁੱਖਾਂ ਦੇ ਹਰਤਾ ਹਨ। ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਬੇਅੰਤ ਵਰ ਪ੍ਰਾਪਤ ਕਰਨ ਵਾਲੇ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਵਿੱਚ ਹੀ ਬਹੁਤ ਤਾਕਤ ਹੈ। ਬਾਬਾ ਸ਼੍ਰੀ ਚੰਦ ਜੀ ਦੇ ਹੋਰ ਅਨੇਕਾਂ ਹੀ ਕੌਤਕ ਹਨ ਜਿਹੜੇ ਕਿ ਇੰਨੇ ਛੋਟੇ ਜਿਹੇ ਸਮੇਂ ਵਿੱਚ ਦਾਸ ਵੱਲੋਂ ਬਿਆਨ ਨਹੀਂ ਕੀਤੇ ਜਾ ਸਕਦੇ। ਕਦੇ ਸਮਾਂ ਮਿਲਿਆ ਤਾਂ ਆਪ ਜੀ ਦੇ ਸਨਮੁਖ ਜ਼ਰੂਰ ਹਾਜ਼ਰ ਹੋਵਾਂਗੇ। ਬਾਬਾ ਸ਼੍ਰੀ ਚੰਦ ਜੀ ਦੀ ਕਥਾ ਸੁਣਾਉਂਦੇ ਅਣਜਾਣੇ ਵਿੱਚ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।